ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਆਈਟਮ ਲੈ ਕੇ ਆਏ ਜੀ ਜਿਹੜੀ ਕਿ ਬਹੁਤ ਹੀ ਤਾਕਤਵਾਰ ਹੈ ਤੇ ਬਹੁਤ ਹੀ ਠੰਡਕ ਦਿੰਦੀ ਹੈ ਜੀ ਗਰਮੀਆਂ ਦਾ ਤੋਹਫ਼ਾ ਹੈ ਜੀ ਇਹ ਆਪਾਂ ਅੱਜ ਤੁਹਾਡੇ ਵਾਸਤੇ ਕੀ ਲੈ ਕੇ ਆਏ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਖਰਬੂਜਾ ਸ਼ੇਕ ਜਿਹੜਾ ਕਿ ਬਹੁਤ ਹੀ ਸਵਾਦ ਬੰਦਾ ਹੈਗਾ ਤੇ ਇਹ ਆਈਟਮ ਆਪਣੇ ਘਰੇ ਪਈ ਹੁੰਦੀ ਹੈ ਜੀ ਤੇ ਮੈਨੂੰ ਅੱਜ ਲੱਗੀ ਭੁੱਖ ਤੇ ਮੈਂ ਆਖਾ ਚਲੋ ਦੇਖਦੀ ਆ ਕਿਹੜਾ ਫਰੂਟ ਪਿਆ ਹੈਗਾ ਜੇ ਤਾਂ ਅੰਬ ਪ ਤੇ ਤਾਂ ਬਣਾਣਾ ਸ਼ੇਕ ਬਣ ਜਾਂਦਾ ਤੇ ਆਪਣੇ ਕੋਲੇ ਪਿਆ ਸੀ ਜੀ ਖਰਬੂਜਾ ਤੇ ਆਪਾਂ ਚੱਕ ਕੇ ਬਣਾਤਾ ਜੀ ਖਰਬੂਜਾ ਸ਼ੇਕ ਕਿਉਂਕਿ ਸ਼ੇਕ ਕਰਤਾ ਤਾਂ ਬਸ ਸ਼ੇਕ ਦਾ ਰੂਪ ਧਾਰਨ ਕਰ ਲਿਆ ਜੀ ਉਹਨੇ ਤੇ ਆਪਾਂ ਖਰਬੂਜਾ ਸ਼ੇਕ ਬਣਾ ਲੈਣਾ ਮੈਂ ਅਖਾ ਚਲੋ ਨਾਲ-ਨਾਲ ਤੁਹਾਨੂੰ ਵੀ ਦੱਸਾਂ ਤੁਸੀਂ ਵੀ ਦੇਖੋ ਜੀ ਵੀਡੀਓ ਤੇ ਬਣਾਓ ਅਗਰ ਤੁਸੀਂ ਪੀਣਾ ਭਾਈ ਤਾਂ ਤੁਸੀਂ ਆਓ ਮੈਂ ਤੁਹਾਨੂੰ ਖਰਬੂਜਾ ਸ਼ੇਕ ਬਣਾ ਕੇ ਪਿਆਉਂਗੀ ਆ ਚੱਕੋ ਜੀ ਆਪਾਂ ਖਰਬੂਜਾ ਕੱਟ ਲਿਆ ਤੇ ਇਹਦੇ ਕੱਢ ਲਏ ਬੀਜ ਜਿਹੜੇ ਕਿ ਇਹਨਾਂ ਨੂੰ ਮਗਜ ਕਹਿੰਦੇ ਨੇ ਇਹ ਵੀ ਕੰਮ ਆਉਣ ਵਾਲੀ ਆਈਟਮ ਹੈ ਜੀ ਇਹ ਆਪਣਾ ਮਗਜ ਠੀਕ ਕਰ ਦਿੰਦੀ ਹੈ ਜੇ ਅਗਰ ਆਪਾਂ ਖਾਣੇ ਆ ਡੇਲੀ ਮਗਜ ਤਾਂ ਅੱਜ ਕੱਲ ਬਸ ਵੈਸੇ ਠੀਕ ਹੋਏ ਪਏ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਇਹਨਾਂ ਨੂੰ ਆਪਾਂ ਮਗਜ ਤਿਆਰ ਕਰਨਾ ਇਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦਿਖਾਉਂਗੀ ਆ ਦੇਖੋ ਤੁਸੀਂ ਆਪਾਂ ਹੁਣ ਇਹਨਾਂ ਦਾ ਛਿੱਲੜ ਲਾਹਤਾ ਜੀ ਇਹਨਾਂ ਦਾ ਛਿੱਲੜ ਵੀ ਕੰਮ ਆਉਣਾ ਹੁਣ ਤੁਸੀਂ ਕਹੋਗੇ ਵੀ ਤੁਸੀਂ ਸਾਰੀ ਗੱਲ ਕਹਿ ਦਿੰਦੇ ਨਾ ਵੀ ਸਾਰੀ ਚੀਜ਼ ਕੰਮ ਆਊਗੀ ਮੈਂ ਕਹਿੰਨੀ ਪੁੱਛੀ ਨਾ ਆਪਾਂ ਵੇਸਟ ਕੋਈ ਚੀਜ਼ ਨਹੀਂ ਜਾਣ ਦੇਣੀ ਬੇਟਾ ਕੁੜੀਓ ਸਿਆਣੀਆਂ ਬਣਿਆ ਕਰੋ ਸਾਰੀਆਂ ਚੀਜ਼ਾਂ ਸੰਭਾਲ ਸੰਭ ਤੇ ਤੁਸੀਂ ਆਪਦੇ ਘਰਦਿਆਂ ਨੂੰ ਚੀਜ਼ਾਂ ਇਹੋ ਜਿਹਿਆਂ ਬਣਾ ਕੇ ਖਵਾਇਆ ਕਰੋ ਤੇ ਆਪ ਖਾਇਆ ਕਰੋ ਹਨਾ ਤੇ ਨਾਲੇ ਮਤਲਬ ਆਪਾਂ ਕਹਿ ਦਿੰਨੇ ਅਗਲਾ ਹੀ ਨਹੀਂ ਕਹਿੰਦਾ ਵੀ ਕਚੱਜੀ ਆ ਹਨਾ ਅਗਲਾ ਕਹਿੰਦਾ ਵੀ ਚਲੋ ਚੰਗੀ ਮਾਂ ਨੇ ਵਧੀਆ ਮੱਤ ਦਿੱਤੀ ਹੈਗੀ ਸਾਰੀਆਂ ਚੀਜ਼ਾਂ ਨੂੰ ਇਹ ਸੰਭਾਲ ਲੰਦੀ ਹੈ ਤੇ ਵਧੀਆ-ਵਧੀਆ ਪੁੱਤ ਕੰਮ ਕਰਿਆ ਕਰੋ ਤੇ ਇਹੋ ਜਿਹੀਆਂ ਚੀਜ਼ਾਂ ਬਣਾਇਆ ਕਰੋ ਤੇ ਨਾਲੇ ਮੇਰਾ ਵੀ ਨਾਂ ਲੈ ਦਿਆ ਕਰੋ ਵੀ ਆਜ ਆਂਟੀ ਤੂੰ ਵੀ ਖਾ ਲਾ ਕੇ ਹਨਾ ਤੇ ਆ ਦੇਖੋ ਤੁਸੀਂ ਮੈਂ ਤੁਹਾਨੂੰ ਵੀ ਕਹਿੰਨੀ ਆ ਵੀ ਤੁਸੀਂ ਵੀ ਆਓ ਤੇ ਮੈਂ ਤੁਹਾਨੂੰ ਸ਼ੇਕ ਬਣਾ ਕੇ ਪਿਆਉਂਗੀ ਤੇ ਆਪਾਂ ਕਰਤੇ ਇਹਦੇ ਨਿੱਕੇ ਨਿੱਕੇ ਪੀਸ ਆ ਜੇ ਨਿੱਕੇ ਨਿੱਕੇ ਤਾਂ ਕੀ ਜਾਨੀ ਕੀ ਖਾਸੇ ਵੱਡੇ ਹੀ ਆ ਬਾਲੇ ਛੋਟੇ ਤਾਂ ਹੈ ਨਹੀਂਗੇ ਪਰ ਕਰਤੇ ਆਪਾਂ ਹਨਾ ਇਹਨਾਂ ਨੂੰ ਆਪਾਂ ਕੀ ਕੀਤਾ ਜੀ ਹੁਣ ਇਹਨਾਂ ਨੂੰ ਵੱਡ ਕੇ ਤੇ ਆਪਾਂ ਡੱਬੇ ਜਿਹੇ ਦੇ ਵਿੱਚ ਪਾ ਲੈਣਾ ਹੈਗਾ ਜਿਹੜਾ ਮਿਕਸੀ ਵਾਲਾ ਡੱਬਾ ਹੁੰਦਾ ਇਹਨੂੰ ਕੱਟ ਕੇ ਕੇਰਾ ਭਰੋ ਡਾਉਂਗਾ ਆਪਾਂ ਭਰ ਲਿਆ ਜੀ ਡੋਂਗਾ ਡੋਂਗਾ ਭਰ ਕੇ ਆਪਾਂ ਹੁਣ ਇਹਦਾ ਕੰਮ ਕਰ ਦੇਣਾ ਹੈਗਾ ਡੱਬੇ ਦੇ ਵਿੱਚ ਪਾ ਕੇ ਤੇ ਇਹਨੂੰ ਗ੍ਰाइंड ਕਰ ਦੇਣਾ ਯਾਨੀ ਕਿ ਸ਼ੇਕ ਬਣਾ ਦੇਣਾ ਸ਼ੇਕ ਕਰ ਦੇਣਾ ਜਿਹੜਾ ਉਹ ਵਿੱਚ ਰਗੜਿਆ ਜਾਂਦਾ ਉਹਨੂੰ ਸ਼ੇਕ ਬੋਲਦੇ ਹੁੰਦੇ ਨੇ ਠੀਕ ਹੈ ਜੀ ਆਪਾਂ ਇਹਦਾ ਬਣਾਤਾ ਜੀ ਸ਼ੇਕ ਸ਼ੇਕ ਬਣਾ ਕੇ ਆਪਾਂ ਭਰ ਲਾਂਗੇ ਗਲਾਸ ਆ ਦੇਖੋ ਤੁਸੀਂ ਆਪਾਂ ਪਾਵਾਂਗੇ ਜੀ ਹੁਣ ਇਹਦੇ ਵਿੱਚ ਦੁੱਧ ਮੈਂ ਮਿੱਠਾ ਨਹੀਂ ਪਾਇਆ ਤੁਸੀਂ ਮਿੱਠਾ ਪਾ ਸਕਦੇ ਹੋ ਅਗਰ ਪਾਉਣਾ ਹੋਵੇ ਤਾਂ ਮਿਸ਼ਰੀ ਵਗੈਰਾ ਪਾ ਸਕਦੇ ਹੋ ਜੀ ਪਰ ਮੈਂ ਮਿੱਠਾ ਨਹੀਂ ਪਾਇਆ ਕਿਉਂਕਿ ਮੱਖਾ ਖਰਬੂਜਾ ਮਿੱਠਾ ਹੋਣਾ ਇੱਕ ਤਾਂ ਪੀਲਾ ਖਰਬੂਜਾ ਹੁੰਦਾ ਉਹਦੀ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਵਾਂਗੀ ਉਹਦੀ ਹੋਰ ਵੀ ਇਸ ਤੋਂ ਵੀ ਜ਼ਿਆਦਾ ਵਧੀਆ ਆਈਟਮ ਤਿਆਰ ਹੁੰਦੀ ਹੈ ਜੀ ਇਹ ਤਾਂ ਆਪਣੇ ਮੌਕੇ ਦੇ ਕੰਮ ਦੇ ਨਾਲ ਹੈ ਵੀ ਮੈਨੂੰ ਭੁੱਖ ਵਾਲੀ ਲੱਗੀ ਪਈ ਸੀਗੀ ਤੇ ਆਪਾਂ ਹੁਣ ਇਹਦੇ ਵਿੱਚ ਰਗੜ ਲਿਆ ਜੀ ਚੰਗੀ ਤਰ੍ਹਾਂ ਆ ਦੇਖੋ ਇਹ ਚ ਮਲਾਈ ਵੀ ਪੈ ਜਾਂਦੀ ਹੈ ਮਲਾਈ ਤਾਂ ਮੇਰੇ ਕੋਲੇ ਵੀ ਪਈ ਸੀ ਮੱਖ ਨਾਲ ਮੱਖਣੀ ਕੱਢ ਕੇ ਨਾਲ ਤੇ ਪਰੌਂਠ ਲਿਆ ਕਰੋ ਤੁਸੀਂ ਮਲਾਈ ਹੁੰਦੀ ਹੈ ਨਾ ਤੇ ਪਾ ਲਿਆ ਕਰੋ ਹੁਣ ਆਪਾਂ ਕੀ ਕੀਤਾ ਜੀ ਚਾਰ ਜਾਨੇ ਸੀਗੇ ਅਸੀਂ ਤੇ ਚਾਰ ਗਲਾਸ ਭਰ ਲਏ ਤੇ ਇਹਦੇ ਜਿਹੜਾ ਬਚੂਗਾ ਜੀ ਉਹ ਆਪਾਂ ਚੁੱਪ ਕਰਕੇ ਪੀ ਜਾਗੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਤੁਸੀਂ ਵੀ ਕਿਸੇ ਨੇ ਨਹੀਂ ਦੱਸਣਾ ਹੋਊਗਾ ਵੀ ਆਂਟੀ ਨੇ ਗਲਾਸ ਭਰ ਕੇ ਪਹਿਲਾਂ ਪੀ ਲਿਆ ਕਿਉਂਕਿ ਆਪਾਂ ਮਿਹਨਤ ਵੀ ਕੀਤੀ ਹੈ ਮਿਹਨਤ ਨੂੰ ਕੌਣ ਜਾਣਦਾ ਅੱਜ ਕੱਲ ਅਗਲਾ ਕਹਿੰਦਾ ਲੈ ਇਹਦੇ ਬੰਡੇ ਚ ਜਾਦੇ ਆ ਗਿਆ ਪਰ ਜਿਹੜੀ ਆਪਾਂ ਮਿਹਨਤ ਕੀਤੀ ਆਪਾਂ ਮਿਹਨਤ ਨਹੀਂ ਛੱਡਣੀ ਚਾਹੀਦੀ ਆਪਦੀ ਕਦੇ ਵੀ ਨਾ ਛੱਡੋ ਮਿਹਨਤ ਆਪਦੀ ਜਿਹੜੀ ਆਪਾਂ ਮਿਹਨਤ ਕੀਤੀ ਹੈ ਨਾ ਤੇ ਉਹ ਦਾ ਬਈ ਸਾਰਾ ਕੁਝ ਆਪਦਾ ਖਾ ਪੀ ਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪਤਾ ਕੀ ਆ ਫਿਰ ਰੌਲਾ ਪੈ ਜਾਂਦਾ ਵੀ ਤੇਰੇ ਵੱਡੇ ਚ ਜ਼ਿਆਦੇ ਆ ਗਏ ਮੇਰੇ ਚ ਘਾਟਾ ਅਗਲਾ ਮਿਹਨਤ ਜਮਾ ਨਹੀਂ ਜਾਣਦਾ ਪਰ ਆਪਾਂ ਆਪਣੀ ਮਿਹਨਤ ਦਾ ਸਾਰਾ ਕੁਝ ਲੈ ਲਾਂਗੇ ਜੀ ਤੇ ਆਪਾਂ ਕੀ ਕਰਨਾ ਗਲਾਸ ਭਰ ਕੇ ਪੀ ਲਾਂਗੇ ਤੇ ਆਹ ਦਿਖਾਵੇ ਵਾਸਤੇ ਉੱਥੇ ਲੈ ਜੂंगे ਇਹਦੇ ਉੱਤੇ ਪਾ ਲਿਆ ਜੀ ਆਪਾਂ ਡਰਾਈ ਫਰੂਟ ਹੈ ਤੇ ਕੁਝ ਵੀ ਪਾ ਸਕਦੇ ਹੋ ਤੁਸੀਂ ਸਰਦਾ ਸਮਾਨ ਹੈ ਪਰ ਮੇਰੀ ਸਰਦਾ ਇੱਥੇ ਮੁੱਕ ਗਈ ਬਾਕੀ ਦਾ ਆਪਾਂ ਦੂਜੇ ਗਲਾਸ 'ਚ ਆਪਦਾ ਪਾ ਕੇ ਪੀ ਲਾਂਗੇ ਦੱਸਣਾ ਕਿਸੇ ਨੇ ਨਹੀਂ ਭਾਈ ਮੈਂ ਦਿਲ ਖੋਲ੍ਹ ਨਹੀਂ ਹੁੰਨੀ ਥੋੜੇ ਨਾਲ ਤੁਸੀਂ ਗਾਹ ਗੱਲ ਨਹੀਂ ਕਰਨੀ ਹੈ ਠੀਕ ਹੈ ਨਾ ਆਹ ਲੋ ਜੀ ਚੱਕੋ ਜੀ ਆਪਾਂ ਪਾਤਾ ਜੀ ਇਹਦੇ ਉੱਤੇ ਡਰਾਈ ਫਰੂਟ ਡਰਾਈ ਫਰੂਟਾਂ ਦੇ ਉੱਤੇ ਆਪਾਂ ਔਰੰਗ-ਬਰੰਗੇ ਪਾ ਦਾਂਗੇ ਆ ਬਾਦਾਮ ਪਾਤੇ ਜੀ ਹੁਣ ਤੁਸੀਂ ਦੇਖੀ ਚੱਲੋ ਅੱਗੇ-ਅੱਗੇ ਕੀ ਹੋਈ ਜਾਂਦਾ ਹੈਗਾ ਤੇ ਭਾਈ ਆਪਾਂ ਹੁਣ ਇਹਨਾਂ ਦੇ ਉੱਤੇ ਪਾ ਦੇਣਾ ਜੀ ਉਹ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਆਹ ਰੰਗ-ਬਰੰਗੇ ਜਿਹੇ ਚੈਰੀ 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 ਪੈਂਜੀ ਆਗੀ ਤੇ ਇਹਨੂੰ ਚੱਕੋ ਜੀ ਚੈਰੀ ਪੈਂਜੀ ਨੂੰ ਤੇ ਉੱਤੇ ਪਾਓ ਤੁਸੀਂ ਤੇ ਦੇਖੋ ਇਹ ਰੰਗ-ਬਰੰਗੇ ਫੁੱਲਾਂ ਵਾਲੀ ਖੇੜਦੀ ਹਨਾ ਤੇ ਆਪਾਂ ਆਪਦੇ ਵਾਲੇ ਗਲਾਸ 'ਚ ਵੀ ਪਹਿਲਾਂ ਵਾਲੇ 'ਚ ਵੀ ਪਾ ਲਾਂਗੇ ਤੋ ਪੀ ਕੇ ਆਪਦਾ ਮੂੰਹ ਮਾਪੁੰਝ ਕੇ ਚਲੇ ਜਾਵਾਂਗੇ ਦੇਖੋ ਤੁਹਾਡੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਠੀਕ ਹੈ ਜੀ